ਇਹੋ ਜਿਹੇ ਕਬੂਤਰ ਬੰਦੇ ਕੋਲ ਆਈਏ ਸਾਰੀ ਜ਼ਿੰਦਗੀ ਕਬੂਤਰ ਨਹੀਂ ਮੁੱਕ ਸਕਦੇ। ਪਰ ਕੁਛ ਕਬੂਤਰ ਹਜ਼ਾਰਾਂ ਦੇਖੇ ਜਾਂਦੇ, ਕੁਛ ਕਬੂਤਰ ਜ਼ੇਨ ਨਸ਼ੀਨ ਹੋ ਜਾਂਦੇ ਕਿ ਭੁੱਲਦੇ ਨਹੀਂ ਹੈ ਉਹਨਾਂ ਕਬੂਤਰਾਂ 'ਚ। ਇਹਦੀ ਨਾ ਅੱਖ ਦਾ ਪਿਛਲੀ ਜਿਹੜੀ ਉਹ ਪਹਿਲੀ ਹੈ, ਯਾਨੀ ਜਿਹਨੂੰ ਅਸੀਂ ਟੀਰਾਪਨ ਕਹਿੰਦੇ ਹਾਂ, ਇਹ ਪਿਓਰਟੀ ਦੀ ਲਾਮਤ ਹੁੰਦੀ। ਜਿਹੜੇ ਕਬੂਤਰ ਤੁਸੀਂ ਇਨਬਰੀਡ ਕਰਦੇ ਹੋ ਨਾ ਆਪਸ 'ਚ ਲਾ ਲਾ ਕੇ ਉਹਨਾਂ। ਅਸਲਾਮੁਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ ਜੀ ਦੋਸਤੋ, ਕੀ ਹਾਲ ਚਾਲ ਨੇ? ਮੈਂ ਸਭ ਠੀਕ ਠਾਕ ਹੋਣਗੇ, ਅੱਲਾਹ ਤਾਲਾ ਸਭ ਨੂੰ ਆਪਣੀ ਹਜ਼ੂਰ ਨੂੰ ਮੰਗੇ। ਅਤੇ ਅੱਜ ਸੰਡੇ ਦਾ ਦਿਨ ਹੈ, ਮੈਂ ਸਿਆਲਕੋਟ ਆਇਆ, ਨਾਲ ਦੋਸਤ ਵੀ ਆਏ ਹਾਂ ਅਸੀਂ ਸ਼ੋਅ ਕਰਨ ਵਾਸਤੇ। ਅੱਜ ਸ਼ੋਅ ਕੀਤਾ, ਬੜਾ ਹੀ ਮਜ਼ਾ ਆਇਆ। ਇਮਰਾਨ ਸਾਹਿਬ ਨੇ ਇਹਨਾਂ ਦੀ ਛੱਤ 'ਤੇ ਸ਼ੋਅ ਕੀਤਾ, ਇਹਨਾਂ ਦੇ ਭਾਈ ਨੇ ਮਲਕੀਨ ਸਾਹਿਬ ਕੀ ਹੁੰਦੇ ਨੇ, ਬੜਾ ਮਜ਼ਾ ਆਇਆ ਕਬੂਤਰ ਦੇਖ ਕੇ। ਔਰ ਫਸਟ ਟਾਈਮ ਐਸਾ ਹੋਇਆ ਕਿ ਮੇਰਾ ਖਿਆਲ ਹੈ ਕਿ 100 ਤੋਂ ਜ਼ਿਆਦਾ ਕਬੂਤਰ ਜਿਹੜਾ ਨਾ ਪਸੰਦ ਆਇਆ, ਵਰਨਾ ਮੈਕਸੀਮਮ ਬੜੀ ਤਾਦਾਦ ਵੀ ਹੋਵੇ। ਮੈਂ ਬੜੇ ਤਾਦਾਦ ਦੇਖੀ, ਬੇਸ਼ੁਮਾਰ ਹਜ਼ਾਰਾਂ ਦੇ ਹਿਸਾਬ ਨਾਲ ਕਬੂਤਰ ਦੇਖੇ ਜਾਂਦੇ, ਚੰਦ ਗਿਣਤੀ ਚੁੰਤੀ ਦੇ ਕਬੂਤਰ ਪਸੰਦ ਆਉਂਦੇ ਨੇ। ਲੇਕਿਨ ਇਹਨਾਂ ਕੋਲ ਮਾਸ਼ਾਅੱਲਾ ਬੜੇ ਕਬੂਤਰ ਪਸੰਦ ਆਏ ਨੇ, ਔਰ ਇੱਕ ਤਾਦਾਦ 'ਚ ਪਸੰਦ ਆਏ ਨੇ। ਔਰ ਇੱਕ ਐਸਾ ਕਬੂਤਰ ਦੇਖਿਆ ਇਹਨਾਂ ਦੇ ਕੋਲ ਜਿਹੜਾ ਕਿ ਮੇਰਾ ਖਿਆਲ ਹੈ ਕਿ ਮੇਰੀ ਲਾਈਫ ਦੇ ਜਿਹੜੇ ਟੋਪ 5 ਕਬੂਤਰ ਨੇ ਪਸੰਦੀਦਾ, ਉਹਨਾਂ 'ਚ ਉਹਦਾ ਸ਼ੁਮਾਰ ਹੈ। ਉਹਦਾ ਵੀ ਸ਼ੌਕ ਤੁਹਾਨੂੰ ਸੁਣਾਉਂਦੇ ਹਾਂ, ਤੁਹਾਨੂੰ ਉਮੀਦ ਹੈ ਕਿ ਬੜਾ ਮਜ਼ਾ ਆਏਗਾ। ਔਰ ਯਾਦਗਾਰ ਕਬੂਤਰ ਮੇਰੇ ਵਾਸਤੇ, ਉਸ ਤੋਂ ਪਹਿਲੇ ਦੋਸਤਾਂ ਦਾ ਤਾਰਫ ਕਰਾਉਂਦੇ ਹਾਂ ਸਭ ਤੋਂ ਪਹਿਲੇ, ਅਤੇ ਫਿਰ ਇੱਛਾ ਦਾ ਸ਼ੌਕ ਕਰਾਉਂਦੇ ਹਾਂ ਤੁਹਾਨੂੰ। ਅਸਲਾਮ ਵਾਲੇਕੁਮ ਜੀ। ਜੀ ਇੱਧਰ ਕਰੋ, ਇੱਧਰ ਦੇਖਣਾ ਇਮਰਾਨ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸ਼ੁਕਰੀਆ ਜੀ। ਇਮਰਾਨ ਸਾਹਿਬ ਨੇ ਇਹਨਾਂ ਦੇ ਕਬੂਤਰ ਦੇਖੇ ਨੇ, ਬੜਾ ਮਜ਼ਾ ਆਇਆ। ਇਹਨਾਂ ਦੇ ਦੋਸਤ ਨੇ, ਇਹ ਹਮਰ ਸਾਹਿਬ ਨੇ ਜੀ, ਹਮਰ ਸਾਹਿਬ ਸ਼ਿਵਾ ਸਾਹਿਬ ਨੇ ਭਾਈ ਨੇ। ਅਸੀਂ ਸਿਆਲਕੋਟ ਆਏ ਹਾਂ ਜੀ, ਸ਼ੋਅ ਕਰ ਰਹੇ ਹਾਂ ਔਰ ਤੁਹਾਨੂੰ ਕਬੂਤਰ ਦਾ ਸ਼ੋਅ ਕਰਾਉਂਦੇ ਹਾਂ, ਬੜਾ ਸ਼ਾਨਦਾਰ ਕਬੂਤਰ ਹੈ। ਤੁਸੀਂ ਆਓ, ਕਬੂਤਰ ਜੀ ਐਸਾ ਅੱਲਾ ਨੇ ਇਹਨੂੰ ਬਦਲ ਲਾਇਆ ਕਿ ਮੈਂ ਜ਼ਿੰਦਗੀ ਜਿਹੜੇ ਬੜੇ ਕਬੂਤਰ ਦੇਖੇ ਨੇ ਨਾ, ਔਰ ਇਹਨੂੰ ਮੈਂ ਕਿਹਾ ਜੀ ਚਾਰ ਪਰ ਕੱਢ ਦਿਓ, 1, 2, 3, 4 ਇਹਦੇ ਪਰ ਸ਼ੁਰੂ ਕਰੋ, ਬੜਾ ਸਪੈਸ਼ਲ ਕਬੂਤਰ। ਪਰ ਐਸਾ ਅੱਲਾ ਬਾਗ ਨੇ ਬਦਲਣ ਲਾਇਆ ਕਿ ਇਹ ਤੋਂ ਜਿੰਨੇ ਮਰਜ਼ੀ ਕਬੂਤਰ ਬਣਾ ਲਓ, ਘੱਟ ਐਸੇ ਕਬੂਤਰ ਦੇਖੇ ਜਾਂਦੇ ਨੇ। ਫਿਰ ਐਸੀ ਬਾਡੀ ਹੈ ਕਿ ਜੈਸੇ ਇਹਨੇ ਸੁਬਹਾ ਬਾਜੀ ਜੋੜਨਾ, ਇਹ ਕਬੂਤਰ ਓਰਿਜਨਲ ਕਮੱਗਰ ਕਬੂਤਰ ਹੈ, 1 ਨੰਬਰ। ਅੱਖ ਦੀ ਸ਼ਾਈਨਿੰਗ, ਇਹਦੀ ਅੱਖ ਦੀ ਮੂਵਮੈਂਟ ਲਾਜਵਾਬ ਤਰੀਨ ਕਬੂਤਰ ਹੈ। ਕਬੂਤਰਬਾਜੀ ਐਸੇ ਇਕੱਲਾ ਹੀ ਕਾਫੀ ਹੈ, ਐਸਾ ਕਬੂਤਰ ਹੈ, ਜ਼ਿਆਦਾ ਕਬੂਤਰਾਂ ਦੀ ਜ਼ਰੂਰਤ ਨਹੀਂ ਪੈਂਦੀ। ਇਹੋ ਜਿਹੇ ਕਬੂਤਰ ਬੰਦੇ ਕੋਲ ਆਈਏ ਸਾਰੀ ਜ਼ਿੰਦਗੀ ਕਬੂਤਰ ਨਹੀਂ ਮੁੱਕ ਸਕਦੇ। ਔਰ ਕੁਛ ਕਬੂਤਰ ਹਜ਼ਾਰਾਂ ਦੇਖੇ ਜਾਂਦੇ, ਕੁਛ ਕਬੂਤਰ ਜ਼ੇਨ ਨਸ਼ੀਨ ਹੋ ਜਾਂਦੇ ਨੇ ਕਿ ਭੁੱਲਦੇ ਨਹੀਂ ਹੈ ਉਹਨਾਂ 'ਚ ਕਬੂਤਰਾਂ 'ਚ ਕਬੂਤਰ। ਇਹ ਕਮਾਦੀ ਹੈ ਜੀ, ਐਸੇ ਦੀ ਪੱਠੀ ਹੈ ਜੀ, ਕਿਆ ਬਾਤ ਹੈ ਜੀ। ਔਰ ਲਾਜਵਾਬ ਇਹ ਜਿਹੜੀ ਪੱਠੀ ਜੀ, ਇਹ ਵੀ ਕਮਾਲ ਹੀ ਹੈ। ਇਹਦੇ 3 ਪਰ ਅਸੀਂ ਕੱਟੇ ਨੇ, ਕਿ ਯਾਰ ਕਮਾਲ ਹੀ ਪੱਠੀ ਹੈ ਜੀ। ਇਹਦੀ ਤੀਲੀ ਦੇਖੋ ਕਿ ਸ਼ਾਨਦਾਰ, ਟਿੱਪਾਂ ਬੜੀਆਂ ਵਧੀਆ, ਹਲੇ 10 ਪਰ ਇਹਦਾ ਗੁੱਲਾ ਆ ਰਿਹਾ, ਇਹਦੀ ਦੋਵੇਂ ਅੱਖ ਬਹੁਤ ਸ਼ਾਨਦਾਰ ਜੀ। ਐਸੇ ਕਬੂਤਰ ਦੀ ਪੱਠੀ ਹੈ ਔਰ ਲਾਜਵਾਬ ਹੀ ਨਿਕਲੀ ਹੈ, ਕਮਾਲ ਹੀ ਹੈ। ਉਹ ਦੋਸਤ ਐਸੀਆਂ ਮਾਦੀਆਂ ਵੀ ਨਾ ਬਹੁਤ ਘੱਟ ਨਜ਼ਰ ਆਉਂਦੀਆਂ। ਬਹਰਹਾਲ ਆਪਣੀ ਆਪਣੀ ਹਰ ਬੰਦੇ ਦਾ ਸ਼ੌਕ ਹੈ, ਆਪਣੀ ਆਪਣੀ ਸਮਝ ਹੈ। ਜਿਹੜੇ ਕਬੂਤਰ ਮੈਂ ਪਸੰਦ ਕਰਦਾ ਨਾ, ਉਹਨਾਂ ਦੇ ਵਿੱਚ ਕਮਾਲ ਹੈ ਮਾਸ਼ਾਅੱਲਾ। ਜਿਹੜੇ ਪਰਿੰਦੇ ਦੇਖ ਕੇ ਸ਼ੌਕ ਬੰਦੇ ਦਾ ਪੂਰਾ ਹੋ ਜਾਂਦਾ ਨਾ, ਉਹਨਾਂ 'ਚ ਬਾਪ ਬੇਟੀ ਨੇ ਲਾਜਵਾਬ ਹਰ ਚੀਜ਼ ਦੇ ਕੰਪਲੀਟ ਇਹਦੇ ਬਣਾਉਣ ਵਾਲੇ ਕਬੂਤਰ ਨੇ। ਇਹਨਾਂ ਦਾ ਵੈਸੇ ਕੀਮਤੀ ਕਬੂਤਰ ਘੱਟ ਨਜ਼ਰ ਆਉਂਦੇ ਨੇ, ਇਹਦੀ ਅੱਖਾਂ ਦੇਖਣ ਪਿੰਨ ਪੁਆਇੰਟ ਕੈਸਾ ਹੈ, ਔਰ ਇਹਦੀ ਅੱਖ ਦੀ ਗ੍ਰਿਪ ਬੜੀ ਸ਼ਾਨਦਾਰ ਹੈ, ਬਹੁਤ ਲਾਜਵਾਬ ਕਬੂਤਰ ਹੈ। ਕਸੂਰੀ ਕਬੂਤਰਾਂ 'ਚ ਐਸੇ ਕਬੂਤਰ ਨਹੀਂ ਨਜ਼ਰ ਆਉਂਦੇ। ਇੱਕ ਬੜਾ ਸ਼ਾਨਦਾਰ ਕਬੂਤਰ ਕਸੂਰੀ, ਇਹਦਾ ਪਰ ਪੁਰਜ਼ਾ ਬੜਾ ਸ਼ਾਨਦਾਰ ਹੈ, ਦੇਖਣਾ ਪਰ ਤੀਲੀ ਕੈਸੀ ਲਾਜਵਾਬ ਹੈ ਜੀ, ਬਿਲਕੁਲ ਚਪਟੀ ਤੀਲੀ, ਬਹੁਤ ਲਾਜਵਾਬ ਕਬੂਤਰ ਹੈ ਜੀ ਕਸੂਰੀ। ਮੇਰੀ ਅੱਖ ਦਾ ਤੁਹਾਨੂੰ ਸ਼ੋਅ ਕਰਾਉਂਦੇ ਹਾਂ, ਇਹ ਇੱਕ ਹੀ ਖਾਨਦਾਨ ਹੈ ਤਕਰੀਬਨ, ਰਿਸ਼ਤੇਦਾਰ ਇਹਨੇ ਮਿਲਦੇ ਜੁਲਦੇ ਨੇ ਆਪਸ 'ਚ, ਇਹ ਬੜਾ ਲਾਜਵਾਬ। ਇਹਦਾ ਕੋਈ ਰਿਸ਼ਤਾ ਹੈ ਉਸ ਕਬੂਤਰ ਦੇ ਨਾਲ ਕੋਈ?
ਉਹਦਾ ਬੇਟਾ ਹੈ। ਅੱਛਾ ਉਹਦਾ ਬੇਟਾ ਹੈ, ਜ਼ਬਰਦਸਤ। ਇਹ ਜੀ ਉਹ ਸਕੂਟਰ ਦਾ ਬੇਟਾ ਜੀ, ਬੜੇ ਸ਼ਾਨਦਾਰ ਹੈ। ਬਾਪ ਕਮਾਲ ਹੈ, ਕੋਈ ਬੇਟੇ ਵੀ ਖੂਬ ਕਮਾਲ ਕੱਢੇ। ਪੁੱਠੀ ਇਹਦੇ ਤੋਂ 30 ਵੱਧ ਦੇ, ਪੁੱਤਰ ਦਾ ਨੰਬਰ ਪੁੱਠੀ ਥੋੜ੍ਹਾ ਥੱਲੇ ਵਾਲਾ ਕਹਿੰਦੇ, 3 ਵਾਰੀ ਕੱਟੇ ਨੇ। ਲੇਕਿਨ ਜਿਹੜੀ ਇਹਦੀ ਭੈਣ ਹੈ ਨਾ, ਉਹਦੇ ਤੋਂ ਵੀ ਪੇਕਾ ਸੁੱਕੇ ਨੇ। ਇਹਨਾਂ ਕੋਲ ਜੀਰੇ ਕਬੂਤਰ ਨੇ, ਇਹ ਵੀ ਬੜੇ ਸ਼ਾਨਦਾਰ ਨੇ। ਇਹ ਵੀ ਨਸਲ ਬਣਾਉਣ ਵਾਲੇ ਕਬੂਤਰ ਨੇ, ਕੀਮਤੀ ਕਬੂਤਰ ਨੇ ਜੀਰੇ। ਇਹ ਕਬੂਤਰ ਹੈ ਵੱਡਾ, ਬਹੁਤ ਨਸਲੀ ਕਬੂਤਰ ਹੈ। ਇਹ ਤੋਂ ਜਿੰਨੇ ਮਰਜ਼ੀ ਪਿੰਡੇ ਬਣਾ ਲਓ ਐਸਾ ਕਬੂਤਰ। ਅੱਛਾ, ਫਸਟ ਟਾਈਮ ਐਸਾ ਹੋਇਆ ਕਿ ਮੇਰੇ ਯਾਰ ਇੰਨੇ ਅੱਛੇ, ਤੁਸੀਂ ਕਬੂਤਰ ਚੈੱਕ ਕਰਨੇ ਆ, ਦੇਖਦੇ ਹਾਂ। ਇਹ ਮਾਦੀ ਸ਼ਰਮੀਲੀ ਹੈ ਜੀ, ਅਤੇ ਸ਼ਰਮੀਲੀ ਮਾਦੀ ਬਹੁਤ ਲਾਜਵਾਬ, ਇਹਦੇ 3 ਪਰ ਕੱਟੇ ਨੇ। ਇੱਕ ਅੱਲੀ ਵਾਲਾ ਜੋੜਾ ਵੀ ਦਿਖਾਉਣਾ। ਇਹ ਮਾਦੀ ਜੀ ਪਰ ਜੀ ਦੇਖੋ ਕੈਸਾ ਬੰਦਾ। ਇਹ ਦੋਵੇਂ ਇਹਨਾਂ ਕੋਲ ਮਾਸ਼ਾਅੱਲਾ 100 ਤੋਂ ਜ਼ਿਆਦਾ ਪਰਿੰਦਾ ਇਹਨਾਂ ਦਾ ਪਸੰਦ ਆਇਆ, ਵਰਨਾ ਬਹੁਤ ਘੱਟ ਕਬੂਤਰ ਪਸੰਦ ਆਉਂਦੇ ਨੇ। ਇੱਕ ਅੱਛੀ ਤਦਾਦ 'ਚ ਕਬੂਤਰ ਪਸੰਦ ਆਏ ਨੇ, ਬੜੇ ਸ਼ਾਨਦਾਰ ਬੰਦੇ ਨੇ। ਬਹੁਤ ਵਧੀਆ, ਬੜੀ ਲਾਜਵਾਬ ਕਬੂਤਰ, ਸੂਰੀ ਕਬੂਤਰ, ਇੰਤਹਾਈ ਜ਼ਹੀਨ ਪਰਪਰਵਾਲ ਜੀ। ਇਹ ਵੀ ਘਰ ਦੀ ਪੁੱਠੀ ਜੀ, ਇਹ ਵੀ ਘਰ ਦੀ ਪੁੱਠੀ, ਸ਼ਾਨਦਾਰ ਜੀ। ਦੇਖੋ ਕੈਸਾ ਬੰਦਾ, ਇਹਦਾ ਕਿਪਾ ਬੜੀਆਂ ਸ਼ਾਨਦਾਰ ਨੇ। ਯਾਨੀ 8 ਦਿਨ ਸ਼ਾਮ ਪਾਉਣ ਵਾਲੇ ਪਰ ਲੱਗੇ ਨੇ ਇਹਨੂੰ, ਜ਼ਿਆਦਾ ਡੰਡੇ ਡੁੰਡੇ ਨਹੀਂ ਇਹਨੇ ਖਾਣੇ। ਇਹ ਅੱਲੀ ਵਾਲਾ ਕਬੂਤਰ, ਇਹਦੇ ਬੱਚੇ ਬਹੁਤ ਪਸੰਦ ਆਏ ਨੇ। ਹਾਲਾਂਕਿ ਇਹਦੀਆਂ ਅੱਖਾਂ ਤੋਂ ਥੋੜ੍ਹੇ ਪਰੇਸ਼ਾਨ ਹੋ ਗਏ ਉਮਰ ਦੇ ਨਾਲ, ਜਿਹੜਾ ਪਲਕਾਂ ਦੀਆਂ ਕਮਜ਼ੋਰ ਹੋ ਗਈਆਂ ਨੇ, ਜਿਵੇਂ ਡਿੱਗ ਜਾਂਦੀਆਂ ਪਲਕਾਂ, ਇਸ ਤਰ੍ਹਾਂ ਹੋ ਗਈਆਂ। ਲੇਕਿਨ ਬੱਚੇ ਇਹਦੇ ਦੇਖ ਕੇ ਮਜ਼ਾ ਆ ਗਿਆ, ਬਹੁਤ ਸ਼ਾਨਦਾਰ ਇਹਦੇ ਬੱਚੇ ਨੇ। ਅੱਲੀ ਵਾਲਾ ਕਬੂਤਰ ਦੇਖੋ ਕੁੰਦਾ ਦਾ ਕੈਸਾ ਸ਼ਾਨਦਾਰ। ਲਾਜਵਾਬ ਕਬੂਤਰ, ਮਾਦੀ ਵੀ ਬਹੁਤ ਸ਼ਾਨਦਾਰ ਲੱਗੀ ਨਾਲ। ਮਾਦੀ ਇਹ ਵਾਲੀ ਨਹੀਂ ਲੱਗੀ, ਇਹ ਦੂਸਰੀ ਆ ਗਈ। ਇਹ ਵੀ ਐਸੇ ਖਾਨ ਨਾਲ ਜੋ ਸ਼ਾਇਦ ਇਹਦੀ ਹੋ ਸਕਦਾ ਪੱਠੀ ਪੁੱਠੀ ਹੋਵੇ, ਐਸੇ ਬਲੱਡ ਸੀ ਜਿਹੜੀ ਮਾਦੀ ਦੂਸਰੀ ਉਹਨਾਂ ਲੱਗੀ ਸੀ, ਉਹਦੇ ਰੱਬੜ ਨਾਲ ਤੁਹਾਡੇ ਕੋਲ। ਇਹ ਵੀ ਬੜੀ ਸ਼ਾਨਦਾਰ ਮਾਦੀ, ਬਾਹਰ ਜਗ੍ਹਾ 'ਤੇ ਨਾ ਸ਼ੋਅ ਕਰਕੇ ਬੜਾ ਮਜ਼ਾ ਆਉਂਦਾ। ਅੱਛੇ ਕੁਆਂਟਿਟੀ 'ਚ ਕਬੂਤਰ ਨਜ਼ਰ ਆਉਂਦਾ ਇੱਕ ਮਿਆਰ ਦੇ, ਅਤੇ ਫਿਰ ਉਹਦਾ ਮਜ਼ਾ ਹੀ ਕਿਹਾ। ਅਤੇ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ, ਬੜੇ ਅੱਛੇ ਕਬੂਤਰ ਦੇਖਣ ਵਾਲੀ ਬੰਦਾ ਨੂੰ, ਬੰਦਾ ਖੁਦ ਲੁਤਫਅੰਦੋਜ਼ ਹੁੰਦਾ। ਵਰਨਾ ਹਲਕੇ ਕਬੂਤਰ ਦੇਖ ਦੇ ਕੇ ਬੰਦਾ ਫਿਰ ਉਕਾ ਜਾਂਦਾ ਸ਼ੋਅ ਤੋਂ। ਹਲੀ ਵਾਲੀ ਮਾਦੀ ਹੈ ਜੀ, ਇਹ ਮਾਦੀ ਉਹਦੇ ਨਾਲ ਲੱਗੀ ਵੱਡੇ ਕਬੂਤਰ ਨਾਲ, ਵੱਡਾ ਨਰ ਅਤੇ ਇਹ ਮਾਦੀ ਨਾ, ਇਹਨਾਂ ਦੇ ਬੱਚੇ ਬੜੇ ਸ਼ਾਨਦਾਰ ਨੇ। ਅਤੇ ਮਾਦੀ ਬਹੁਤ ਲਾਜਵਾਬ ਮਾਦੀ, ਪਰ ਜਿਹੜਾ ਝਾੜੇ ਪਈ ਹੈ ਅਸੀਂ ਦੋਵੇਂ, ਕੀਮਤੀ ਹੋਊਗੀ। ਇੱਕ ਤਾਂ ਹੋਰ ਵੱਡਾ ਕਬੂਤਰ ਵੀ ਲਾ ਲੱਗਦਾ, ਇੱਕ ਵੱਡਾ ਬਾਲੀ ਮਾਦੀ ਹੈ, ਇੱਕ ਕੈੜੀ ਕਬੂਤਰ ਹੈ ਵਿੱਚ, ਬੜਾ ਸ਼ਾਨਦਾਰ। ਮਕਸਦ ਹੈ ਕਿ ਅੱਛੇ ਕਬੂਤਰ ਨਾ ਸ਼ੌਕੀਨ ਬੰਦੇ ਦਾ ਸ਼ੌਕ ਪੂਰਾ ਕਰਾ ਦਿੰਦੇ ਨੇ, ਨਾਲੇ ਅੱਛੇ ਕਬੂਤਰ ਦੇਖਣ ਦਾ ਇਨਸਾਨ ਦਾ ਇਲਮ ਵੱਧਦਾ, ਅਤੇ ਕੋਸ਼ਿਸ਼ ਹੁੰਦੀ ਹੈ ਕਿ ਅੱਛੇ ਤੋਂ ਅੱਛਾ ਕਬੂਤਰ ਬੰਦਾ ਦੇਖੇ। ਜਦੋਂ ਅੱਛੇ ਤੋਂ ਅੱਛੇ ਬੰਦੇ ਦਾ ਸਾਥ ਜਾਂਦੇ ਨੇ, ਜਿਹੜਾ ਖਿਲਾੜੀ ਆ ਉਹਦਾ ਦਿਲ ਦੀ ਤਸਕੀਨ ਪੂਰੀ ਹੋ ਜਾਂਦੀ। ਇਸ ਤਰ੍ਹਾਂ ਦੇ ਅੱਛੇ ਕਬੂਤਰ ਦੇਖ ਕੇ ਬੜਾ ਮਜ਼ਾ ਆਉਂਦਾ, ਲੇਕਿਨ ਘੱਟ ਦੇਖਣ ਨੂੰ ਮਿਲਦਾ। ਬਹੁਤ ਵਧੀਆ ਬੰਦਾ, ਲਾਜਵਾਬ ਕਿਸੇ ਨਹੀਂ। ਥੋੜ੍ਹੀ ਸੈਟਿੰਗ ਇਹਦੀ ਹੁੰਦੀ ਹੈ ਕਿ ਇਨਸਾਨ ਇਹਨਾਂ ਪੰਜਾਂ ਦੀ ਸੈਟਿੰਗ ਅੱਛੀ ਕਰ ਲਏ, ਮੇਨਟੇਨ ਰੱਖਣਾ ਕਬੂਤਰ ਦਾ ਕੰਮ ਹੈ। ਬਹੁਤ ਵਧੀਆ ਸ਼ਾਨਦਾਰ, ਬੜਾ ਲਾਜਵਾਬ ਕਬੂਤਰ ਹੈ ਜੀ। ਸਿਆਲਕੋਟ ਹੀ ਕਬੂਤਰ ਹੈ, ਇੱਕ ਕਾਲੇ ਮੋਲਾ ਜੇ ਕਿ ਛੱਤ ਵਾਲਾ ਜੇ, ਕੀ ਕਹਿੰਦੇ ਤੁਸੀਂ? ਛੱਤ ਵਾਲਾ
ਅੱਛਾ ਚੱਲੇ ਟਾਈਪ ਦਾ ਜੀ ਪੁਆਇੰਟਾਂ ਦਾ ਬਹੁਤ ਅੱਛਾ ਸ਼ਾਨਦਾਰ ਕਬੂਤਰ ਮਜ਼ਬੂਤ ਵੀ ਬੜਾ ਬੱਚਾ ਗਵਾਉਣਾ ਵੀ ਗਾਹ ਇਹਦੇ ਵਾਸਤੇ ਬੱਚਾ ਵੀ ਨਹੀਂ ਕੋਈ ਜ਼ਾਇਆ ਕਰੇਗਾ ਸਲਾਰਾ ਕਬੂਤਰ ਬੜਾ ਅੱਛਾ ਬਹੁਤ ਲਾਜਵਾਬ ਕਬੂਤਰ ਹੈ ਜੀ ਮਛਲਾ ਕਿਤੇ ਦਾ ਇਹਨਾਂ ਕੋਲ ਛਿਪ ਦਿੰਦੇ ਨੇ ਇਹ ਬਹੁਤ ਖਰਾ ਕਬੂਤਰ ਨੇ ਔਰ ਬਦਨ ਦੇ ਤਾਂ ਬਾਦਸ਼ਾਹ ਨੇ ਕਿਆ ਬਾਤ ਇਹ ਵੱਡੇ ਕਬੂਤਰ ਟੱਕਰ ਦਾ ਕਬੂਤਰ ਨੇ ਜਿਹਦੇ ਚਾਰ ਪਰ ਕਰਦੇ ਨੇ ਇੱਕ ਟੈਡੀ ਕਬੂਤਰ ਬੜਾ ਸ਼ਾਨਦਾਰ ਇਹਨਾਂ ਦਾ ਬਹੁਤ ਲਾਜਵਾਬ ਇਹ ਨਸਲਾਂ ਬਣਾਉਣ ਵਾਲਾ ਕਬੂਤਰ ਉਮਰ ਕਾਫੀ ਇਹਦੀ ਹੋ ਗਈ ਲੇਕਿਨ ਬਹੁਤ ਵਧੀਆ ਲਾਜਵਾਬ ਤਰੀਨ ਕਬੂਤਰ ਮਾਸ਼ਾਅੱਲਾ ਦੋਸਤੋ ਬੜਾ ਮਜ਼ਾ ਆਇਆ ਕਬੂਤਰ ਦੇਖ ਕੇ ਸ਼ਾਨਦਾਰ ਕਬੂਤਰ ਨੇ ਔਰ ਘੱਟ ਐਸਾ ਸ਼ੌਕ ਦੇਖਣ ਨੂੰ ਮਿਲਦਾ ਮੈਂ ਤਾਂ ਬੜਾ ਲੁਤਫਅੰਦੋਜ਼ ਹੋਇਆ ਕਬੂਤਰ ਦੇਖ ਕੇ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਚੋਇਸ ਹੈ ਆਪਣਾ ਆਪਣਾ ਸ਼ੌਕ ਹੈ ਆਪਣੀ ਆਪਣੀ ਪਸੰਦ ਹੈ ਸਾਡੇ ਮੇਰਾ ਸ਼ੌਕ ਹੈਗਾ ਕਿ ਅੱਛਾ ਕਬੂਤਰ ਹੋਵੇ ਕਿਸੇ ਨਸਲ ਦਾ ਹੋਵੇ ਕਿਸੇ ਰੰਗ ਦਾ ਹੋਵੇ ਕੋਈ ਸ਼ਰਤ ਨਹੀਂ ਕਿ ਨਸਲ ਲਾਜ਼ਮੀ ਹੀ ਹੋਣੀ ਚਾਹੀਦੀ ਅੱਛੇ ਦੇ ਨਾਲ ਪਿਆਰ ਹੈ ਅੱਛੇ ਉਹਦੇ ਰੰਗ ਰੂਪਾਂ ਜਾਂ ਉਹਦੀ ਖੂਬਸੂਰਤੀ ਦਾ ਪਿਆਰ ਨਹੀਂ ਅੱਛੇ ਦਾ ਪਿਆਰ ਹੈ ਕਾਫੀ ਦੋਸਤ ਸਲਾਮ ਕਹਿ ਰਹੇ ਸਾਰਿਆਂ ਨੂੰ ਮੇਰੇ ਤਰਫੋਂ ਵਾਲੇਕੁਮ ਸਲਾਮ ਕਿਉਂਕਿ ਉਹ ਜਦੋਂ ਵੀਡੀਓ ਬਣਾ ਰਹੇ ਹੋਈਏ ਕਬੂਤਰ ਦਿਖਾ ਰਹੀ ਹੈ ਫਿਰ ਨਾ ਫਰਦਨ ਫਰਦਨ ਗੱਲਬਾਤ ਨਹੀਂ ਹੁੰਦੀ ਅਤੇ ਤੁਹਾਨੂੰ ਮਜ਼ੀਦ ਕਬੂਤਰਾਂ ਦਾ ਸ਼ੌਕ ਕਰਾਉਂਦੇ ਹਾਂ ਦਿਖਾਓ ਜੀ ਹਾਂਜੀ ਇਹ ਵੀ ਇੱਕ ਸੂਰੀ ਹੈ ਵੱਡਾ ਕਬੂਤਰ ਉਹ ਵੀ ਕਾਫੀ ਏਜ ਦਾ ਹੋ ਗਿਆ ਕਬੂਤਰ ਕਬੂਤਰ ਬੜਾ ਸ਼ਾਨਦਾਰ ਹੈ ਮੇਰੇ ਕੋਲ ਵੀ ਘਰ ਹੈ ਕਬੂਤਰ ਹੁੰਦੇ ਨੋਸ਼ਾ ਇਸ ਤਰ੍ਹਾਂ ਜਿਵੇਂ ਸੇਮ ਇੱਕ ਖਾਨਦਾਨ ਦੇ ਹੁੰਦੇ ਨੇ ਬੜਾ ਅੱਛਾ ਕਬੂਤਰ ਹੈ ਏਜ ਇਹਦੀ ਕਾਫੀ ਹੈ ਪਰ ਪੀਲੀ ਬੜੀ ਸ਼ਾਨਦਾਰ ਹੈ ਕਬੂਤਰ ਦੀ ਬਹੁਤ ਖੂਬ ਕਬੂਤਰ ਹੈ ਚਲੋ ਜੀ ਸਿਆਲਕੋਟ ਦੇ ਚੂਹੇ ਕਬੂਤਰਾਂ ਦਾ ਸ਼ੌਕ ਕਰਾਈਏ ਚੂਹੀ ਮਾਦੀ ਹੈ ਲੇਕਿਨ ਬੋਡੀ ਸਟਰਕਚਰ ਇਹਦਾ ਬੜਾ ਸ਼ਾਨਦਾਰ ਹੈ ਇੰਤਹਾਈ ਜ਼ਹੀਨ ਤਰੀਨ ਕਬੂਤਰ ਹੀ ਹੈ ਲੇਕਿਨ ਬਦਨ ਇਹਦਾ ਬਹੁਤ ਬਹੁਤ ਵਧੀਆ ਪੋਏ ਔਰ ਅੱਛੀ ਕੁਆਲਿਟੀ ਵਾਲੀ ਹੈ ਖਾਲੀ ਖੂਬਸੂਰਤ ਨਹੀਂ ਹੈ ਅੱਛੀ ਕੁਆਲਿਟੀ ਵਾਲੀ ਕਬੂਤਰ ਹੈ ਨਰਵ ਤੁਹਾਨੂੰ ਚੂਹੇ ਦਾ ਸ਼ੌਕ ਕਰਨਾ ਚੂਹਾ ਨਰ ਝਾੜੇ ਪਏ ਨਸਲ ਜੀ ਨਾ ਕਬੂਤਰ ਗੁਰਪੁਰਾਂ ਦੀ ਸ਼ੇਪ ਜਿਹੜੀ ਅੱਛੀ ਹੁੰਦੀ ਭਾਈ ਗੁੰਮ ਅੱਛਾ ਇਹਦੀ ਨਾ ਅੱਖ ਦਾ ਪੁਤਲੀ ਜਿਹੜੀ ਉਹ ਫੈਲੀ ਹੈ ਯਾਨੀ ਜਿਹਨੂੰ ਅਸੀਂ ਟੀਰਾਪਨ ਕਹਿੰਦੇ ਹਾਂ ਇਹ ਪਿਓਰਟੀ ਦੀ ਲਾਮਤ ਹੁੰਦੀ ਜਿਹੜੇ ਕਬੂਤਰ ਤੁਸੀਂ ਇਨਬਰੀਡ ਕਰਦੇ ਹੋ ਨਾ ਆਪਸ 'ਚ ਲਾ ਲਾ ਕੇ ਉਹਨਾਂ ਦੀ ਅੱਖਾਂ ਦੇ ਵਿੱਚ ਇਹ ਚੀਜ਼ ਲਾਜ਼ਮੀ ਆਏਗੀ ਇਹ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਮੈਂ ਦੋਸਤਾਂ ਨੂੰ ਦੱਸਦੇ ਜਾਈਏ ਜਾਂ ਤੁਸੀਂ ਅਜਮਾ ਲੈਣਾ ਜਿਹੜੇ ਕਬੂਤਰ ਇਨ ਬਰੀਡ ਹੋਣਗੇ ਨਾ ਇੱਕ ਹੀ ਖਾਨਦਾਨ ਨੂੰ ਆਪਸ 'ਚ ਮਿਲਾ ਮਿਲਾ ਕੇ ਲੱਗੇ ਨਿਕਲੇ ਹੋਣਗੇ ਉਹਨਾਂ ਦੀ ਅੱਖਾਂ ਦੇ ਵਿੱਚ ਇਹ ਚੀਜ਼ ਆਏਗੀ ਅਤੇ ਦੋਸਤੋ ਤੁਹਾਡੇ ਕੋਲ ਇਜਾਜ਼ਤ ਲਾਂਗੇ ਉਮੀਦ ਹੈ ਕਿ ਤੁਹਾਨੂੰ ਸ਼ੌਕ ਦਾ ਹੀ ਬੜਾ ਮਜ਼ਾ ਆਏਗਾ ਕਿਉਂਕਿ ਮੈਨੂੰ ਤਾਂ ਬਹੁਤ ਮਜ਼ਾ ਆਇਆ ਬੜਾ ਲੁਤਫ ਅੰਦੋਜ਼ ਹੋਏ ਹਾਂ ਅਤੇ ਫਿਰ ਇਨਸ਼ਾਅੱਲਾ ਨਵੇਂ ਸ਼ੌਕ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਅਸਲਾਮ ਵਾਲੇਕੁਮ ਜੀ ਅੱਲਾ